ਪੰਜਾਬ ਰਾਜ ਸਹਿਕਾਰੀ ਯੂਨੀਅਨ ਦੀ ਰੇਲਵੇ ਪਾਰਕ ਵਿਖੇ ਹੋਈ ਚੋਣ। ਬਲਾਕ ਗੁਰੂਵਰ ਸਾਹਿਬ ਦੇ ਕੁਲਵਿੰਦਰ ਸਿੰਘ ਨੂੰ ਸਰਬਸੰਮਤੀ ਨਾਲ ਬਣਾਇਆ ਗਿਆ ਪ੍ਰਧਾਨ। ਪੰਜਾਬ ਰਾਜ ਸਹਿਕਾਰੀ ਯੂਨੀਅਨ ਵੱਲੋਂ ਬਲਾਕ ਗੁਰੂਵਰ ਸਾਹਿਬ ਦੀ ਇੱਕ ਮੀਟਿੰਗ ਰੇਲਵੇ ਪਾਰਕ ਵਿਖੇ ਕੀਤੀ ਗਈ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਫਿਰੋਜ਼ਪੁਰ ਤੋਂ ਡੈਲੀਗੇਟ ਰਾਜਵੀਰ ਸਿੰਘ ਅਤੇ ਗੁਰਮੀਤ ਸਿੰਘ ਦੀ ਅਗਵਾਈ ਵਿੱਚ ਸਰਬਸੰਮਤੀ ਨਾਲ ਪੰਜਾਬ ਰਾਜ ਸਹਿਕਾਰੀ ਯੂਨੀਅਨ ਦੀ ਚੋਣ ਕੀਤੀ ਗਈ, ਜਿਸ ਵਿੱਚ ਕੁਲਵਿੰਦਰ ਸਿੰਘ ਨੂੰ ਸਰਬਸੰਮਤੀ ਨਾਲ ਬਲਾਕ ਗੁਰੂਵਰ ਸਾਹਿਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਸਮਿਤੀ ਦੇ ਆਗੂਆਂ ਵੱਲੋਂ ਜਾਣਕਾਰੀ ਸਾਂਝਾ ਕਰਦੇ ਹੋਏ ਦੱਸਿਆ ਕਿ ਪੰਜਾਬ ਰਾਜ ਸਹਿਕਾਰੀ ਯੂਨੀਅਨ ਦੇ ਸੈਕਟਰੀਆਂ ਦੀ ਇੱਕ ਮੀਟਿੰਗ ਰੇਲਵੇ ਪਾਰਕ ਵਿਖੇ ਕੀਤੀ ਗਈ, ਜਿਸ ਵਿੱਚ ਬਲਾਕ ਸੰਮਤੀ ਗੁਰੂਵਰ ਸਾਹਿਬ ਦੇ ਕੁਲਵਿੰਦਰ ਸਿੰਘ ਨੂੰ ਸਰਬਸੰਮਤੀ ਨਾਲ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਨਵ ਨਿਯੁਕਤ ਪ੍ਰਧਾਨ ਕੁਲਵਿੰਦਰ ਸਿੰਘ ਨੇ ਜਾਣਕਾਰੀ ਸਾਂਝਾ ਕਰਦੇ ਹੋਏ ਦੱਸਿਆ ਕਿ ਪੰਜਾਬ ਰਾਜ ਸਹਿਕਾਰੀ ਯੂਨੀਅਨ ਵੱਲੋਂ ਅੱਜ ਉਹਨਾਂ ਨੂੰ ਬਲਾਕ ਗੁਰੂਵਰ ਸਾਹਿਬ ਦਾ ਪ੍ਰਧਾਨ ਬਣਾਇਆ ਗਿਆ ਹੈ। ਇਸ ਮੌਕੇ ਉਹਨਾਂ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅੱਜ ਜੋ ਮੈਨੂੰ ਸਮਿਤੀ ਦੇ ਮੈਂਬਰਾਂ ਵੱਲੋਂ ਜ਼ਿੰਮੇਵਾਰੀ ਸੌਂਪੀ ਗਈ ਹੈ, ਮੈਂ ਉਸ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਤੇ ਲਗਨ ਨਾਲ ਨਿਭਾਵਾਂਗਾ ਤੇ ਮੁਲਾਜ਼ਮਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਹੱਲ ਪਹਿਲ ਦੇ ਆਧਾਰ ਤੇ ਕਰਵਾਵਾਂਗਾ। ਇਸ ਮੌਕੇ ਉਹਨਾਂ ਨੇ ਕਿਹਾ ਕਿ ਯੂਨੀਅਨ ਦੇ ਸੈਕਟਰੀਆਂ ਨੂੰ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਉਸ ਦਾ ਹੱਲ ਕਰਵਾਉਣ ਲਈ ਸਦਾ ਤਤਪਰ ਰਹਾਂਗਾ ਤੇ ਕਿਸਾਨਾਂ ਦੇ ਨਾਲ ਹਮੇਸ਼ਾ ਹੀ ਤਾਲਮੇਲ ਬਣਾ ਕੇ ਰੱਖਿਆ ਜਾਵੇਗਾ। ਅੱਜ ਮਿਤੀ ਜਿਹੜੀ ਹੈ ਜੀ 6/3/2023 ਨੂੰ ਪੰਜਾਬ ਰਾਜ ਸਹਿਕਾਰੀ ਯੂਨੀਅਨ ਜਿਹੜੀ ਸਾਡੀ ਹੈ ਜੀ ਸੈਕਟਰੀ ਯੂਨੀਅਨ ਸਾਰੀ ਉਹਦੀ ਬਲਾਕ ਦੀ ਚੋਣ ਸੀ, ਜਿਹਦੇ ਵਿੱਚ ਅਸੀਂ ਸਰਦਾਰ ਕੁਲਵਿੰਦਰ ਸਿੰਘ ਨੂੰ ਪ੍ਰਧਾਨ ਬਣਾਇਆ ਗਿਆ। ਸਾਰੀਆਂ ਜ਼ਿੰਮੇਵਾਰੀਆਂ ਅਸੀਂ ਨੂੰ ਦਿੱਤੀਆਂ ਜੀ ਵੀ ਸਾਰੀਆਂ ਜਿਹੜੀਆਂ ਆਉਣ ਵਾਲੀਆਂ ਜ਼ਿੰਮੇਵਾਰੀਆਂ ਸੰਭਾਲੇ ਜੀ, ਜ਼ਿਮੀਂਦਾਰਾਂ ਨੂੰ ਖਾਦ ਕੈਸ਼ ਡੀਜ਼ਲ ਮੁਲਾਜ਼ਮਾਂ ਦੀਆਂ ਜੋ ਮੰਗਾਂ ਇਹ ਸਾਰੀਆਂ ਪੂਰੀਆਂ ਕਰਨਗੇ ਸਾਡੀਆਂ ਜੀ। ਸਾਡੀ ਜਿਹੜੀ ਸਹਿਕਾਰੀ ਸਭਾਵਾਂ ਯੂਨੀਅਨ ਪੰਜਾਬ ਹੈ ਉਹਦੇ ਬਲਾਕ ਗੁਰੂਵਰ ਸਾਹਿਬ ਦੀ ਸਾਡੇ ਜਿਹੜੀ ਸਰਕਾਰੀ ਮੁਲਾਜ਼ਮਾਂ ਦੀ ਵੀ ਮੀਟਿੰਗ ਹੋਈ ਸੀ, ਜਿਹਦੇ ਵਿੱਚ ਸਾਰੇ ਮੁਲਾਜ਼ਮਾਂ ਵੱਲੋਂ ਔਰ ਸਾਡੇ ਜਿਹੜੇ ਖਾਸ ਡੈਲੀਗੇਟ ਪਹੁੰਚੇ ਨੇ ਫਿਰੋਜ਼ਪੁਰ ਤੋਂ ਸਰਦਾਰ ਲਾਲਜੀਤ ਸਿੰਘ ਜੀ ਔਰ ਗੁਰਮੀਤ ਸਿੰਘ ਜੀ, ਇਹਨਾਂ ਵੱਲੋਂ ਜਿਹੜੀ ਅੱਜ ਦੀ ਚੋਣ ਸਾਰੀ ਸਰਬਸੰਮਤੀ ਨਾਲ ਹੋਈ ਗਈ ਹੈ, ਜਿਹਦੇ ਵਿੱਚ ਮੈਨੂੰ ਇਹਨਾਂ ਨੇ ਸਰਬਸੰਮਤੀ ਨਾਲ ਪ੍ਰਧਾਨ ਬਣਾਇਆ ਬਲਾਕ ਗੁਰੂਵਰ ਸਾਹਿਬ ਦਾ, ਔਰ ਮੈਂ ਇਹਨਾਂ ਸਾਰਿਆਂ ਦਾ ਸਮੂਹ ਮੁਲਾਜ਼ਮਾਂ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੇ 'ਤੇ ਵਿਸ਼ਵਾਸ ਕੀਤਾ ਹੈ ਔਰ ਮੈਨੂੰ ਇਹ ਸਾਰੀ ਜ਼ਿੰਮੇਵਾਰੀ ਜਿਹੜੀ ਉਹ ਬਖਸ਼ੀ ਹੈ, ਔਰ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਆਪਣੇ ਤਨ ਮਨ ਧਨ ਨਾਲ ਇਹ ਸਹਿਕਾਰੀ ਸਭਾਵਾਂ ਯੂਨੀਅਨ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਸਕਾਂ, ਵੱਧ ਤੋਂ ਵੱਧ ਜਿੰਨੀ ਵੀ ਯੂਨੀਅਨ ਦੀ ਸੇਵਾ ਹੋ ਸੀ ਅਸੀਂ ਕਰ ਸਕਾਂਗੇ ਸਾਰੇ ਰਲ ਮਿਲ ਕੇ। ਸਾਡੀ ਜਿਹੜੀ ਸਾਰੀ ਯੂਨੀਅਨ ਅਸੀਂ ਚਾਹੁੰਦੇ ਹਾਂ ਵੀ ਸਾਡੀਆਂ ਜਿਹੜੀ ਯੂਨੀਅਨ ਇਹ ਬੁਲੰਦੀਆਂ ਛੂਵੇ, ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਇਹ ਟਾਈਮ ਮਿਲਿਆ, ਮੈਂ ਇੱਕ ਵਾਰੀ ਫਿਰ ਇਹ ਸਾਰੇ ਗੁਰੂਵਰ ਸਾਹਿਬ ਬਲਾਕ ਦੇ ਜਿੰਨੇ ਵੀ ਮੁਲਾਜ਼ਮ ਨੇ ਉਹਨਾਂ ਦਾ ਔਰ ਜਿਹੜੇ ਸਾਡੇ ਦੋ ਨੁਮਾਇੰਦੇ ਆਏ ਨੇ ਫਿਰੋਜ਼ਪੁਰ ਜ਼ਿਲ੍ਹੇ ਵੱਲੋਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਮੇਰੇ 'ਤੇ ਵਿਸ਼ਵਾਸ ਕਰਕੇ ਮੈਨੂੰ ਜਿਹੜਾ ਇਹ ਜ਼ਿੰਮੇਵਾਰੀ ਬਖਸ਼ੀ ਹੈ ਜੀ। ਹਾਂਜੀ, ਜੋ ਹੈਗੀਆਂ ਜੀ ਸਰਕਾਰ ਲੈਵਲ 'ਤੇ ਵੀ ਕਈ ਮੁਸ਼ਕਲਾਂ ਹੈਗੀਆਂ ਨੇ ਸਾਡੀਆਂ, ਹੋਰ ਵੀ ਜਿਹੜੀਆਂ ਟਾਈਮ ਟਾਈਮ 'ਤੇ ਬਹੁਤ ਸਾਰੀਆਂ ਮੁਸ਼ਕਲਾਂ ਜਿਹੜੀਆਂ ਆਉਂਦੀਆਂ ਨੇ, ਅਸੀਂ ਕੋਸ਼ਿਸ਼ ਕਰਾਂਗੇ ਕਿ ਕਿਉਂਕਿ ਸਾਡੀ ਜਿਹੜੀ ਇਹ ਸਹਿਕਾਰੀ ਸਭਾਵਾਂ ਯੂਨੀਅਨ ਨੇ ਅਸੀਂ ਮੁਲਾਜ਼ਮਾਂ ਸਾਡਾ ਬਹੁਤ ਸਾਰੀਆਂ ਮਹਿਕਮਾਂ ਨਾਲ ਨਾਤਾ ਰਹਿੰਦਾ ਹੈ ਜੀ, ਅਸੀਂ ਕਿਸਾਨਾਂ ਨਾਲ ਵੀ ਸਾਡਾ ਬਹੁਤ ਨੇੜੇ ਦਾ ਵਾਸਤਾ ਰਹਿੰਦਾ ਹੈ ਜੀ, ਹੋਰ ਵੀ ਇਫਕੋ ਕ੍ਰਿਪਕੋ ਮਾਰਕਫੈਡ ਬੈਂਕ ਸਾਡਾ ਹੋ ਗਿਆ, ਹੋਰ ਬਹੁਤ ਸਾਰੀਆਂ ਜਿਹੜੇ ਮਹਿਕਮੇ ਨਾਲ ਸਾਡਾ ਰਾਬਤਾ ਰਹਿੰਦਾ ਹੈ, ਉਹਦੇ ਕਰਕੇ ਸਾਨੂੰ ਮੁਸ਼ਕਲਾਂ ਬਹੁਤ ਆਉਂਦੀਆਂ ਰਹਿੰਦੀਆਂ, ਪਰ ਅਸੀਂ ਕੋਸ਼ਿਸ਼ ਕਰਾਂਗੇ ਸਾਰੇ ਰਲ ਮਿਲ ਕੇ ਕਿ ਅਸੀਂ ਇਹਨਾਂ ਸਾਰੀਆਂ ਮੁਸ਼ਕਲਾਂ ਦਾ ਹੱਲ ਕੱਢਦੇ ਹੋਏ ਜਿਹੜੇ ਸਾਡੇ ਕਿਸਾਨ ਨੇ ਜ਼ਿਮੀਂਦਾਰ ਭਰਾ ਨੇ ਉਹਨਾਂ ਦੀ ਅਸੀਂ ਵੱਧ ਤੋਂ ਵੱਧ ਸੇਵਾ ਕਰ ਸਕੀਏ ਔਰ ਪੰਜਾਬ ਦੀ ਤਰੱਕੀ ਦੇ ਵਿੱਚ ਅਸੀਂ ਆਪਣਾ ਯੋਗਦਾਨ ਪਾਵਾਂਗੇ ਰਲ ਮਿਲ ਕੇ ਸਾਰੇ।